ਹਾਂਜੀ ਸਾਰਿਆਂ ਨੂੰ ਨਮਸਤੇ ਆਪਣੇ ਮਾਂਛਲੀ YouTube ਚੈਨਲ ਇਸ ਤੋਂ ਹੰਦਾ ਸਵਾਗਤ ਹੈ ਕਨੇ ਅੱਜ ਦੀ ਜਿਹੜੀ ਰੈਸਪੀ ਹੈ ਸ ਹੈ ਮਸ਼ਰੂਮ ਪਲਾਓ ਕਨੇ ਦੇ ਮਸ਼ਰੂਮ ਪਲਾਓ ਹੈ ਬੜਾ ਸਵਾਦ ਲੱਗਦਾ ਖਾਣੇ ਨੂੰ ਕਨੋਣਾ ਜਈਆਂ ਸਿਆਲੇ ਦੇ ਦਿਨਾਂ ਚ ਮਸ਼ਰੂਮ ਬੜੀਆਂ ਮਿਲਦੇ ਮਾਰਕੀਟਾਂ ਚ ਫਰੈਸ਼ ਤਾਂ ਤੁਹਾਂ ਇਹ ਮਸ਼ਰੂਮ ਪਲਾਓ ਜ਼ਰੂਰ ਬਣਾਈ ਕੇ ਦੇਖਨੇ ਹੋ ਬੜਾ ਸਵਾਦ ਲੱਗਦਾ ਖਾਣੇ ਨੂੰ ਤਾਂ ਚੱਲਾ ਦੇਖਦੇ ਕਿ ਹਾਂ ਜਿਹਾ ਜਸਾ ਇਹ ਮਸ਼ਰੂਮ ਪਲਾਓ ਬਣਾਇਆ ਤੇ ਦੇਖਾ ਗਿਆ ਇਸਾ ਪਰ ਕੜਾਹੀ ਰੱਖੀ ਤੀ ਉਹ ਇੱਕ ਨੇ ਦੋ ਚਮਚੇ ਕੋੜੇ ਤੇਲੇ ਦੇ ਪਾਈ ਤੇ ਹਨ ਕਨੋਣ ਹਿਚੇ ਦਿਖਾ ਲਵਈ ਇੱਕ ਕੀ ਚਮਚ ਜੀਰਾ ਪਾਈਏਣਾ ਕਹਿੰਦੇ ਸੋਗੀ ਦੇਖਾ ਦੋ ਕੀ ਤੇਜ ਪੱਤੇ ਇਹ ਵੱਡੀ ਇਲਾਇਚੀ ਪਾਈਤੀ ਹੈ ਇੱਕ ਟੁਕੜਾ ਦਾਲਚੀਨੀ ਦਾ ਪਾਇਤਾ ਕਨੇ ਇੱਕ ਛੋਟੀ ਇਲਾਇਚੀ ਪਾਈਦੀ ਹੈ ਰੀ ਇਲਾਇਚੀ ਕਹਿੰਦੇ ਵਧੀਆ ਕੀ ਇਹ ਜੇ ਸਾਬਤ ਮਸਾਲਿਆਂ ਨੂੰ ਬੁੰਨੀ ਲੈਣੇ ਤੇਲੇ ਚ ਤਾਂ ਹੀ ਨਾ ਦਾ ਜਿਹੜਾ ਸਵਾਦ ਐਸਾ ਹੁੰਦੇ ਜਿਹੜਾ ਹਾਂ ਮਸ਼ਰੂਮ ਪਲਾਉ ਬਣਾਣਾ ਉਸ ਚੋਂ ਆ ਵਧੀਆ ਕਹਿੰਨਾ ਹੁਣ ਇਹ ਦੇਖਾ ਇਸ ਚ ਲੰਬਾਈਏ ਚ ਕਟਿਆ ਪਿਆਜ਼ ਪਾਈਤਾ ਤਤ ਲਗਭਗ ਦੋ ਕੀ ਪਿਆਜ਼ ਲਿਓ ਥੇ ਕਹਿੰਨਾ ਹੁਣ ਪਿਆਜ਼ ਜਿਹੜਾ ਸ ਹੈ ਬੁੰਨੀ ਲੈਣਾ ਹੈ ਤੇ ਦੇਖਾ ਪਿਆਜੇ ਦਾ ਰੰਗ ਜਿਹੜਾ ਸੈ ਥੋੜੇ ਦੇ ਚੇਂਜ ਹੋਈ ਐ ਕਨੂੰਣ ਇਸ ਤੇ ਦੇਖਾ ਦਰਦਰਾ ਕੁੱਟਿਆ ਅਦਰ ਕ ਲਸਣੇ ਦਾ ਪੇਸਟ ਪਾਈ ਐ ਜਿਹੜਾ ਤਾਂ 5 ਤੇ 6 ਲਸਣੇ ਦੀ ਕੜਈਆਂ ਥੀ ਆਧਾ ਕਿੰਚ ਟੁਕੜਾ ਅਦਰ ਕੇਦਾ ਥਾ ਸੈ ਕੁੱਟੀ ਲਿਆ ਥਾ ਬਧੀਆ ਕਰੀ ਕਨੇ ਜੀ ਹਾ ਕੁੱਟੇ ਕੀ ਟੁੜਕੇ ਚ ਪਾੰਦੇ ਅਦਰ ਕ ਲਸਣੇ ਦਾ ਪੇਸਟ ਤਾਂ ਬੜਾ ਬਧੀਆ ਸਵਾਦ ਆਉਂਦਾ ਤੇ ਦੇਖਾ ਹੁਣ ਅਦਰ ਕ ਲਸਣ ਵੀ ਜਿਹੜਾ ਸੈ ਬੁੰਨੀ ਲੈਣਾ ਪਿਆਜੇ ਸੋਗੀ ਤਾਂ ਅਦਰ ਕ ਲਸਣੇ ਦਾ ਪੇਸਟ ਪਾਈ ਕੀ ਬੁੰਨੀ ਲਿਆ ਮੈਂ 2 ਤੇ 3 ਮਿੰਟ ਕਨੋਂ ਇਸ ਸੂਕੇ ਮਸਾਲੇ ਪਾਣੇਨ ਸਾਰੇ ਤੋਂ ਪਹਿਲੇ ਦੇਖ ਲਵਗ 1/4 ਚਮਚ ਹਲਦੀ ਪਾਈਏਣਾ ਕਨ 2 ਕਿ ਚਮਚ ਦਨੀਆ ਪਾਊਡਰ ਯਾਨੀ ਕਿ ਬਿਨੇ ਦਾ ਪਾਊਡਰ ਕਨ ਲਵਗ 1/4 ਚਮਚ ਲਾਲ ਮਿਰਚ ਪਾਈਏਣੀ ਦਰਦਰੀ ਕੁਟੀਓ ਕਨ ਹੁਣ ਮਸਾਲੇ ਜਿਹੜੇ ਨੇ ਸਭੀ ਥੋੜ ਦੇ ਤੇਲੇ ਚ ਜਿਹੜਾ ਸ ਤੁਲਕੇ ਚ ਬੁੰਨੀ ਲੈਣੇ ਹਨ ਤੈ ਦੇ ਖਾਂ ਦਾ ਪਿਆਜ਼ ਲਸਣ ਅਦਰਕ ਕਨ ਸੁੱਕੇ ਮਸਾਲੇ ਬੁੰਨੀ ਲਾਇਨ ਮੈਂ कून इस ह टमाटर पाएने लगभग दो टमाटर लेने वो बरीक कटी लिया था ता पाई थे टमाटर भी कैसे टमाटर जे थोड़े जहां गड़ाई लैने पकई लैने देखा लगभग तीन ते चार मिन्ट तो हो टमाटर देखी लिया तो हाँ बदिया सॉफ्ट हो तुड़का जैर हो गया है कून इस मशरूम पाईने लगभग दो सौ ढाई सौ ग्राम मशरूम ले थे तिने वो बदी दोई करी ਕੱਟੀ ਲਿਆ ਕਨੇ ਇਹ ਦੇਖਾ ਤੁਰਕੇ ਚ ਪਾਈ ਤੇ ਨ ਮਸ਼ਰੂਮ ਕਨੇ ਮਸ਼ਰੂਮ ਜਿਹੜੇ ਅੰਸੇ ਥੋੜ ਦੇ ਤੁਰਕੇ ਕੱਚ ਬੁੰਨੀ ਲੈਣੇ ਨਾ ਤਾਂ ਵਧੀਆ ਆਹਦਾ ਜਿਹੜਾ ਪੁਲਾਵ ਚ ਵਧੀਆ ਮਸ਼ਰੂਮਾਂ ਦਾ ਸਵਾਦ ਆਉਣਾ ਹੈ ਕਨੇ ਹੁਣ ਇਹ ਦੇਖਾ ਲਵਗ ਇਸ ਚ 1 ਕੱਪ ਮੈਂ ਚੋੜ ਲਏ تھے ਤਤਨਾ ਜਬਦੀ ਕੇ ਦੋਇ ਲਿਆ ਥਾ ਸਾਫ ਕਰ ਲਿਆ ਥਾ ਸਭ ਪਾਈ ਤੇ ਨ ਤੁਰਕੇ ਚ ਕਨੇ ਬਧੀ ਕਰੀ ਹਾ ਹੁਣ ਜਿਹੜੇ ਮਸ਼ਰੂਮ ਹਨ ਚੋਲ ਹਨ ਸਭ ਬੁੰਨੇ ਨਾ ਕਨੇ ਸੋ ਕੀ ਇਹ ਦੇਖਾ ਲੂਣ ਵੀ ਪਾਈ ਜੈਣਾ ਤਾਂ ਲੂਣ ਤੋਂ ਆਪਣੇ ਸਵਾਦੇ ਸਾਬ ਵਿਪਾਈ ਸਕਦੇ ਕਨੇ ਵਧੀਆ ਕਰੀ ਹੁਣ ਹਾ ਜੜੇ ਮਸ਼ਰੂਮ ਹਨ ਚੋਲਾ ਹਨ ਸਭ ਵਧੀਆ ਕਰੀ ਤੁੜਕੇ ਚ ਬੁੰਨਣੇ ਨਾਲ ਵਗ 4 ਤੇ 5 ਮਿੰਟ ਤਾਂ ਹੰਦਾ ਜਿਹੜਾ ਫੇਰੀ ਪਲਾਉ ਆਇਆ ਹੈ ਬੜਾ ਸਵਾਦ ਬਣਦਾ ਹੈ ਤੇ ਦੇਖਾ ਲਵਗ 4 ਤੇ 5 ਮਿੰਟ ਹੋਈ ਐ ਨਾ ਕਨੇ ਹਾਂ ਤੁੜਕੇ ਚ ਚੋਲ ਕਨੇ ਮਸ਼ਰੂਮ ਵਧੀਆ ਕੀ ਬੁੰਨੀ ਲੈਣ ਤੁਹਾਂ ਦੇਖੀ ਸਕਦੇ ਕਿਤਨਾ ਵਧੀਆ ਰੰਗ ਆਈ ਹੈ ਕਨੇ ਹੁਣ ਹਾਂ ਇਹ ਜਿਹੜੇ ਹਨ ਚੋਲਾਂ ਨੇ ਸੇ ਇੱਕ ਬੌਲੇ ਚ ਪਾਈ ਇਹਨੇ ਨਾ ਕਨੇ ਮੈਂ ਅਜੇ ਜੇ ਪਲਾਉ ਲਾਏ ਬਣਾਣਾ ਸੀ ਕੁੱਕਰੇ ਚ ਲਾਏ ਬਣਾਣਾ ਪਰ ਮੈਂ ਕੁੱਕਰੇ ਚ ਇਹ ਡਾਇਰੈਕਟ ਨਹੀਂ ਬਣਾਉਂਦਾ ਕਿਉਂਕਿ ਬੜੇ ਜਲਦੀ ਚਿਪਕੀ ਜਾਂਦੇ ਚੋਲ ਥੱਲੇ ਤਾਂ ਕੁੱਕਰੇ ਚ ਤਾਂ ਮੈਂ ਇਹ ਦਿਖਾ ਤਰੀਕਾ ਤਾਂ ਹੁਜੋ ਦੱਸਦਾ ਹੈ ਕਿ ਕਿੰਨਾਂ ਮੈਂ ਬਣਾਉਂਦਾ ਤੇ ਇਹ ਦਿਖਾਈ ਕਿ ਬੌਲੇ ਲੀ ਲਿਆ ਕਨੇ ਉਸ ਚ ਹੈ ਜਿਹੜੇ ਟੁੱਟ ਕੇ ਚੋਲ ਮਸ਼ਰੂਮ ਤੇ ਕੜਾਈ ਤੇ ਸੇ ਪਾਈ ਇਹਨੇ ਇਸ ਬੌਲੇ ਚ ਕਨੇ ਦਿਖਾ ਪਲਾਉ ਬਣਾਉਣੇ ਤੇ ਇਹ ਦਿਖਾ ਗੈਸ ਪਰ ਕੁੱਕਰ ਰੱਖੀ ਤੇ ਆ ਕੁਕਰੀ ਚ ਪਾਣੀ ਵੀ ਪਾਈ ਤੇ ਕਨੇਕ ਸਟੈਂਡ ਰਖੀ ਤਾ ਕਨੂਨ ਇਸ ਚ ਹਏ ਚੋਲ ਕੱਢੇ ਥੇ ਬੁੰਨੇ ਚੋਲ ਮਸ਼ਰੂਮ ਮਸਾਲੇ ਵਾਲੇ ਤਸੇ ਬਰਤਨ ਰਖੀ ਤਾ ਡੋਂਗਾ ਦਾ ਥੋੜਾ ਵੱਡਾ ਕਨੂਨ ਇਸ ਚ ਪਾਣੀ ਪਾਈ ਇਹਣਾ ਤੀ 1 ਕੱਪ ਚੋਲ ਲਈ ਓਥੇ ਤਾਂ 2 ਕੱਪ ਪਾਣੀ ਪਾਈ ਤਾ ਇਸ ਚ ਕਨੇ ਵਧੀਆ ਕਰੀ ਪਾਣੀ ਜਿਹੜਾ ਸ ਮਿਕਸ ਕਰੀ ਜੇਣਾ ਕੰਨ ਇਹ ਦੇਖਾ ਤੋਂ ਦੇਖ ਸਕਦੇ ਨੇ ਕੁਕਰੇ ਚ ਡੱਬਾਈ ਆ ਵਧੀਆ ਕੰਨ ਇਸਨੇ ਕਿਹਾ ਉਹਣਾ ਕੀ ਜਿਹੜੇ ਚੋਲਾਂ ਅੰਸੇ ਚਿਪਕਣੇ ਦਾ ਡਰ ਨੀ ਰਹਿੰਦਾ ਫਕਾਉਣੇ ਦਾ ਡਰ ਨੀ ਰਹਿੰਦਾ ਤੇ ਡੱਬੇ ਉੱਪਰ ਇੱਕ ਢੱਕਣ ਢਕੀਤਾ ਤਾਂ ਕਿ ਪਾਣੀ ਨਾ ਜਾਏ ਅੰਦਰ ਕੰਨ ਉਹਣਾ ਕੁਕਰੇ ਦਾ ਢੱਕਣ ਲਗਾਈ ਇਹਨ ਕੰਨ ਫੁੱਲ ਆਂਚ ਚ ਦੋ ਸੀਟੀਆਂ ਲਗਾ ਲੈਣੀ ਇਹਨ ਕੰਨ ਦੋ ਤੇ ਤਿੰਨ ਮਿੰਟ ਲੋ ਫਲੇਮ ਚ ਹਾਂ ਪਲਾਉ ਜਿਹੜਾ ਸੈ ਪਕਾਈ ਲੈਣਾ ਤੇ ਇਹ ਦਿਖਾ ਲਗਬਗ 5 ਤੇ 6 ਮਿੰਟ ਹੋਈ ਇਹਨ ਕੰਨ ਹੰਦਰ ਜਿਹੜਾ ਪਲਾਉ ਐਸ ਐ ਤਿਆਰ ਹੋਈ ਐ ਸਟੀਮ ਆਪਣੇ ਆਪ ਹੀ ਨਿਕਲ ਨਾ ਦੇਣੀ ਅਪੂ ਨਹੀਂ ਕੱਢਣੀ ਕਿੰਨਾ ਤੋਹਾਂ ਦੇਖੀ ਸਕਦੇ ਹਨ ਕਿਦਾਂ ਵਧੀਆ ਹੰਦਾ ਐ ਮਸ਼ਰੂਮ ਪਲਾਉ ਜਿਹੜਾ ਐਸ ਐ ਤਿਆਰ ਹੋਈ ਐ ਇਹ ਦੇਖਾ ਵਧੀਆ ਖਿਲੇ ਖਿਲੇ ਬਣਿਆ ਕਿੰਨਾ ਜਰਾ ਨਹੀਂ ਮਤਲਬ ਚਿਪਕਿਆ ਕਿਉਂਕਿ ਹੰਦਰ ਦੂਜੇ ਵਰਤਾਂ ਰੱਖਿਆ ਸੀ ਕੁੱਕੜੇ ਅੰਦਰ ਤਾਂ ਇਸ ਦਾ ਚਿਪਕਣ ਦਾ ਕੋਈ ਸਵਾਲ ਹੀ ਨਹੀਂ ਉੱਠਦਾ ਤੇ ਇਹ ਦੇਖਾ ਗਰਮਾ ਗਰਮ ਪਲਾਉ ਜਿਹੜਾ ਐਸ ਐ ਖਾਣੇ ਲਈ ਬਿਲਕੁਲ ਤਿਆਰ ਐ ਤੁਸਾਂ ਇਸ ਨੂੰ ਵੀ ਖਾ ਸਕਦੇ ਕੰਨੇਦਈਆਂ ਕੰਨੇ ਵੀ ਖਾਤਾ ਵੀ ਬੜਾ ਸੁਆਦ ਲੱਗਦਾ